ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਮੈਂ ਗੁਰਕਿਰਨ ਪ੍ਰਤਾਪ ਸਿੰਘ GBC ਅਪਡੇਟ ਤੋਂ। ਅੱਜ ਆਪਾਂ ਪੰਜਾਬ ਦੇ ਸਭ ਤੋਂ ਵੱਡੇ ਮੇਲੇ 'ਤੇ ਪਹੁੰਚੇ ਹਾਂ ਜੀ, 17ਵਾਂ PDFA ਇੰਟਰਨੈਸ਼ਨਲ ਡੈਰੀ ਐਂਡ ਐਗਰੋ ਐਕਸਪੋ 2024। ਇਹ ਮੇਲਾ ਜੀ ਕਿਸਾਨ ਵੀਰਾਂ ਲਈ ਆ, ਨਾਲ ਦੀ ਨਾਲ ਡੈਰੀ ਫਾਰਮਾਂ ਦੇ ਸੰਬੰਧ ਵਿੱਚ ਹੈਗਾ ਜੀ। ਅੱਜ ਅੰਦਰ ਤੁਹਾਨੂੰ ਸਾਰਾ ਮੇਲਾ ਆਪਾਂ ਘੁਮਾਵਾਂਗੇ, ਨਾਲ ਦੀ ਨਾਲ ਜਿਹੜੇ ਸਟਾਲ ਦੇ ਉੱਤੇ ਪ੍ਰਦਰਸ਼ਨੀਆਂ ਲੱਗੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਉਂਦੇ ਹਾਂ ਜੀ। ਆਓ ਚੱਲੀਏ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਆ ਜੀ? ਸਰ, ਤੁਸੀਂ ਅੱਜ ਇੱਥੇ PDFA ਮੇਲੇ ਉੱਤੇ ਸਟਾਲ ਲਗਾਈ ਹੋਈ ਆ, ਆਪਣੇ ਪ੍ਰੋਡਕਟ ਬਾਰੇ ਕੋਈ ਜਾਣਕਾਰੀ ਸਾਂਝੀ ਕਰੀ ਹੋ? ਜ਼ਰੂਰ ਸਰ, ਜ਼ਰੂਰ। ਸੋ ਸਰ, ਮੈਂ ਮਨਦੀਪ ਕੁਮਾਰ, ਫਲਿੰਜ ਫਾਰਮਾ ਕੰਪਨੀ ਤੋਂ ਜੀ। ਸੋ ਕੁਛ ਕੁ ਪ੍ਰੋਡਕਟ ਸਰ ਮੈਂ ਇੰਟਰੋਡਿਊਸ ਕਰਾਉਣਾ ਚਾਹੂੰਗਾ, ਜਿਸ ਤਰ੍ਹਾਂ ਸਰ ਆਪਣੇ ਕੋਲ Min 21 ਪਾਊਡਰ ਆਉਂਦਾ ਜੀ। ਸਰ, ਆਪਾਂ ਉਹਨਾਂ ਕੇਸਾਂ 'ਚ ਦਵਾਉਂਦੇ ਹਾਂ ਜਿੱਥੇ ਸਰ ਪਸ਼ੂ ਰਹਿੰਦਾ ਨਹੀਂ ਗਾ, ਬੋਲਦਾ ਨਹੀਂ, ਹੀਟ 'ਚ ਨਹੀਂ ਆ ਰਿਹਾ, ਵਾਰ ਵਾਰ ਫਿਰਦਾ ਜੀ। ਇੱਕੋ ਪੈਕਟ ਦਾ ਹੱਲ ਆ ਸਰ, 1050 ਗ੍ਰਾਮ ਦੀ ਪੈਕਿੰਗ ਹੈ ਜੀ। 50 ਗ੍ਰਾਮ ਦੀ ਡੋਜ਼ ਆਪਾਂ 21 ਦਿਨ ਲਈ ਰੈਕਮੈਂਡ ਕਰਦੇ ਹਾਂ। ਸੋ ਇਸ ਤੋਂ ਇਲਾਵਾ ਸਰ ਹੋਰ ਆਪਣੇ ਕੋਲ ਕਈ ਪ੍ਰੋਡਕਟ ਆਉਂਦੇ ਨੇ, ਜਿਸ ਤਰ੍ਹਾਂ ਕਿ ਸਰ ਆਪਾਂ ਇਸ ਪ੍ਰੋਡਕਟ ਬਾਰੇ ਗੱਲ ਕਰਦੇ ਹਾਂ ਸਰ, ਗੋਗ ਪਾਊਡਰ ਹੈ ਜੀ। ਜੋ ਦੇਖਦੇ ਜੀ ਆਪਾਂ ਵੀ ਪਸ਼ੂ ਦੁੱਧ ਘਟਾਏ ਜਾਂਦੇ ਜੀ, ਕਾਰਨ ਸਰ ਕੋਈ ਵੀ ਹੋਵੇ ਦੁੱਧ ਘਟਾਉਣ ਦਾ ਪਸ਼ੂ ਦਾ, ਇੱਕੋ ਡੱਬੇ ਦਾ ਪਾਹਲ ਕਰਾ ਕੇ ਦਿੰਦੇ ਨਾਲ, ਇੱਕ ਪੂਰੀ ਸੁਬਹ 'ਚ ਇੱਕ ਸ਼ਾਮ ਨੂੰ ਦੁੱਧ ਚੋਣ ਦਿਓ ਸਰ, 1/2 ਘੰਟਾ ਪਹਿਲਾਂ ਜੀ ਜਿੰਨੇ ਲੈਵਲ ਤੋਂ ਸਰ ਪਸ਼ੂ ਗਿਆ ਸੀਗਾ ਉਸ ਲੈਵਲ ਨੂੰ ਸਰ ਅਚੀਵ ਕਰਵਾ ਦਿੰਦੇ। ਜਾਂ ਸਰ ਆਪਾਂ ਟਿਊਨ 'ਚ ਪਾਊਡਰ ਆਉਂਦਾ ਸਰ ਆਪਣਾ ਜੀ, ਪਸ਼ੂ ਦੇ ਸੂਨ ਤੋਂ ਜੀ 20 ਦਿਨ ਪਹਿਲਾਂ ਆਪਾਂ ਦਿੰਦੇ ਹਾਂ ਜੀ, 2 ਡੱਬਿਆਂ ਦਾ ਕੋਰਸ ਹੈ ਜੀ, 1 ਬੁੱਢੀ ਡੇਲੀ ਜੀ ਸਰੋਂ ਦੇਲ 'ਚ ਐਡ ਕਰਕੇ ਜੀ। ਸੋ ਫਾਰਮਰ ਦੇ ਸਰ ਅਫੋਰਡੇਬਲ ਪ੍ਰਾਈਸ ਵਿੱਚ ਆਪਣਾ ਅਵੇਲੇਬਲ ਹੈ ਜੀ। 11 ਸਾਲ ਪੁਰਾਣੀ ਸਰ ਕੰਪਨੀ ਹੈ, ਸੇਮ ਡੋਜ਼ ਦੇ ਉੱਪਰ ਸਰ ਆਪਾਂ ਗੱਲ ਕੰਮ ਕਰਦੇ ਆ ਰਹੇ 11 ਸਾਲਾਂ ਤੋਂ ਜੀ, ਤੋਂ ਰਿਜ਼ਲਟ ਬਹੁਤ ਸ਼ਾਨਦਾਰ ਤੁਹਾਨੂੰ ਵੇਖਣ ਦੇ ਲਈ ਮਿਲਣਗੇ ਜੀ। ਜ਼ਰੂਰ ਸਰ ਕਿ ਟ੍ਰਾਇਲ ਦੇ ਵਿੱਚ ਲਓ ਜੀ ਪ੍ਰੋਡਕਟ। ਥੈਂਕ ਯੂ। PDFA ਮੇਲੇ 'ਤੇ ਹਿਮਾਚਲ ਐਗਰੋ ਇੰਡਸਟਰੀਜ਼ ਵਾਲੇ ਵੀ ਪਹੁੰਚੇ ਹੋਏ ਨੇ, ਅਤੇ ਭਾਅ ਜੀ ਆਪਣੀ ਪ੍ਰਦਰਸ਼ਨੀ ਲਗਾਈ ਹੋਈ ਆ ਤੁਸੀਂ ਇੱਥੇ ਜੀ, ਆਪਣੇ ਮਸ਼ੀਨਰੀ ਦੀ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਿਓ ਜੀ। ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਸੀਂ ਮੋਗੇ ਤੋਂ ਜੀ, ਹਿਮਾਚਲ ਐਗਰੋ ਇੰਡਸਟਰੀ ਤੋਂ। ਆਪਾਂ ਜਿਹੜੇ 17ਵਾਂ PDFA ਮੇਲਾ ਹੈ ਉਹਦੇ 'ਤੇ ਆਪਾਂ ਆਪਣੀ ਐਗਰੀਕਲਚਰ ਦੇ ਰਿਲੇਟਡ ਮਸ਼ੀਨਰੀ ਲੈ ਕੇ ਆਏ ਹਾਂ, ਡੈਰੀ ਫਾਰਮ ਦੇ ਰਿਲੇਟਡ। ਆਪਾਂ ਚੈਫ ਕਟਰ ਲੈ ਕੇ ਆਏ ਜੀ, 2 ਪੀਸ। ਇੱਕ ਚੈਫ ਕਟਰ ਤਾਂ ਆਪਣਾ ਹੈਵੀ ਡਿਊਟੀ ਹੈ ਜੀ, ਫੁੱਲ ਹੈਵੀ ਡਿਊਟੀ, ਇਹਦੇ 'ਚ ਆਪਾਂ ਕਾਫੀ ਬਦਲਾਅ ਕੀਤੇ ਨੇ ਪਹਿਲਾਂ ਨਾਲੋਂ। ਔਰ ਦੂਸਰਾ ਚੈਫ ਕਟਰ ਸਿੰਪਲ ਚੈਫ ਕਟਰ ਹੈ ਜੀ, ਸਾਈਲੇਜ ਵਾਸਤੇ। ਇਹਦੇ ਵਿੱਚ ਤੁਸੀਂ ਸਾਈਲੇਜ, ਮੱਕੀ ਦਾ ਅਚਾਰ ਔਰ ਪਰਾਲੀ ਵਗੈਰਾ ਵੀ ਤੁਸੀਂ ਕਟਿੰਗ ਕਰ ਸਕਦੇ ਹੋ ਉਸਦੀ ਜੀ। ਆਹ ਜਿਹੜੀ ਮਸ਼ੀਨਰੀ ਹੈਗੀ ਆ ਇਹਦੇ ਵਿੱਚ ਤੁਸੀਂ ਜੀ ਮੱਕੀ ਦਾ ਅਚਾਰ ਵਗੈਰਾ ਕਟਿੰਗ ਕਰ ਸਕਦੇ ਹੋ ਔਰ ਪਰਾਲੀ ਵਗੈਰਾ ਕਟਿੰਗ ਕਰ ਸਕਦੇ ਹੋ, ਹਰਾ ਚਾਰਾ ਕੋਈ ਵੀ ਇਹਦੇ ਵਿੱਚ ਤੁਸੀਂ ਕਟਿੰਗ ਕਰ ਸਕਦੇ ਹੋ ਡੈਰੀ ਫਾਰਮਰਸ ਦੇ ਲਈ। ਹਾਂਜੀ 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 ਹਾਂਜੀ। ਜਿਵੇਂ ਕਿ ਤੁਸੀਂ ਦੇਖਿਆ ਜੀ, ਇਹ ਸਾਰਾ PDFA ਡੈਰੀ ਫਾਰਮਰ ਨਾਲ ਸੰਬੰਧਿਤ ਹੈਗਾ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਇੱਥੇ PDFA ਮੇਲੇ 'ਤੇ ਅੱਜ ਲਗਾਇਆ ਹੋਇਆ ਜੀ ਸਟਾਲ, ਥੋੜ੍ਹੀ ਜਾਣਕਾਰੀ ਸਾਂਝੀ ਕਰੀ ਜੀ। ਇਹ ਜੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਯੂਨੀਵਰਸਿਟੀ ਹੈ ਲੁਧਿਆਣਾ। ਹਾਂਜੀ, ਇਹ ਸਾਡੇ ਕੋਲ ਜੀ ਮਿੰਨੀ ਮਿਕਸਚਰ ਹੈਗਾ ਜੀ, ਇਹ 90 ਰੁਪਏ ਕਿਲੋ ਹੈ, 10 ਕਿਲੋ ਦੇ 200 ਰੁਪਏ ਦਾ ਹੈਗਾ ਜੀ। ਉਹਦੇ ਬਾਅਦ ਹੈਗੀ ਜੀ ਬਾਈਪਾਸ ਫੈਟ, ਇਹ 1 ਕਿਲੋ 170 ਰੁਪਏ ਦੀ ਹੈਗੀ ਜੀ। ਉਹਦੇ ਬਾਅਦ ਹੈਗੀ ਜੀ ਪਸ਼ੂ ਚਾਟ, ਇਹ 200 ਰੁਪਏ ਕੀ 3 ਕਿਲੋ ਹੈਗੀ ਜੀ। ਔਰ ਡੈਮੋ 'ਤੇ ਹੈਗੀ ਜੀ ਪੈਪਲੇਟ ਹੈ ਜੀ, ਔਰ ਇਹ ਡੋਗ ਫੀਡ ਹੈਗੀ ਜੀ। ਹਾਂਜੀ, ਇਹੀ ਹੈ। ਤੁਸੀਂ ਦੇਖ ਸਕਦੇ ਜਿੱਦਾਂ ਯੂਨੀਵਰਸਿਟੀਆਂ ਵੀ ਇੱਥੇ ਪਹੁੰਚੀਆਂ ਹੋਈਆਂ, ਕਾਫੀ ਹੋਰ ਕੰਪਨੀਜ਼ ਨੇ, ਵੱਡੀ ਵੱਡੀ ਕੰਪਨੀਜ਼ 'ਤੇ ਇੱਥੇ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਹੋਈਆਂ। ਆਓ, ਤੁਹਾਨੂੰ ਉਹ ਵੀ ਅੱਗੇ ਦਿਖਾਉਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਇੱਥੇ ਲਗਾਇਆ ਹੋਇਆ PDFA ਮੇਲੇ 'ਤੇ ਸਟਾਲ ਜੀ? ਹਾਂਜੀ ਹਾਂਜੀ। ਜਾਣਕਾਰੀ ਸਾਂਝੀ ਕਰੀ। ਜਿਹੜੇ ਆਪਣਾ ਮਿਲਕਿੰਗ ਅਤੇ ਨਾਨ ਮਿਲਕਿੰਗ ਦੋ ਕੈਟਾਗਰੀ ਦੇ ਪ੍ਰੋਡਕਟ ਆਉਂਦੇ ਨੇ ਜੀ। ਜਿਵੇਂ ਅਗਰ ਮਿਲਕਿੰਗ ਦੀ ਗੱਲ ਕਰੀਏ ਤਾਂ 5000 ਤੋਂ ਲੈ ਕਰਕੇ ਆਪਣੇ ਕੋਲ ਲੈਕਟੋ ਪਲੱਸ, ਯਾਨੀ 10 ਲੀਟਰ ਤੋਂ ਲੈ ਕਰਕੇ ਆਪਣੇ ਕੋਲ 40 ਲੀਟਰ ਤੱਕ ਦੀ ਅਲੱਗ ਅਲੱਗ ਕੈਟਾਗਰੀ ਦੀ ਫੀਡ ਆਉਂਦੀ ਹੈਗੀ ਗਾਵਾਂ ਦੀ। ਜਿਵੇਂ ਅਗਰ ਮੱਝ ਦੀ ਸਪੈਸ਼ਲ ਗੱਲ ਕਰੀਏ ਤਾਂ 2 ਫੀਡ ਆਉਂਦੀ ਨੇ,
ਜਿਵੇਂ 10 ਲੀਟਰ ਵਾਸਤੇ ਬਫ ਕੇਅਰ ਅਤੇ ਬਫ ਪਲੱਸ। ਨਾਨ ਮਿਲਕਿੰਗ ਦੇ ਵੀ ਸਾਡੇ ਪ੍ਰੋਡਕਟ ਆਉਂਦੇ ਨੇ, ਜਿਵੇਂ ਕਲੋਜ਼ਅਪ ਹੈਗੀ, ਹੀਪਰ ਪਲੱਸ ਹੈ, ਕਾਫ ਸਟਾਰਟਰ, ਕਾਫ ਗਰੋਵਰ ਅਤੇ ਡਰਾਈ ਮਿਲਕ ਵੀ ਆਉਂਦੀ ਹੈਗੀ। ਇਹ ਸਾਰੇ ਕੈਟਾਗਰੀ ਦੀ ਆਪਣੀ ਫੀਡ ਆਉਂਦੀ ਹੈਗੀ ਅਤੇ ਆਪਣੇ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਜੰਮੂ ਕਸ਼ਮੀਰ ਸਾਰੇ ਏਰੀਆ 'ਚ ਆਪਾਂ ਕੰਮ ਕਰਦੇ ਨੇ ਜੀ। ਅਗਰ ਕੋਈ ਵੀ ਵੀਰ ਆਪਣੇ ਨੂੰ ਫੀਡ ਲੈਣਾ ਚਾਹੁੰਦਾ ਹੈਗਾ ਤਾਂ ਨੇੜੇ ਪਾਸੇ ਆਪਣੇ ਗੱਲ ਕਰਕੇ, ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਉਸ 'ਤੇ ਗੱਲ ਕਰਕੇ ਫੀਡ ਉਪਲਬਧ ਹੋ ਜਾਊਗੀ ਜੀ। ਧੰਨਵਾਦ ਸਰ। ਆਪਣਾ ਹੈਲਪਲਾਈਨ ਨੰਬਰ ਵੀ ਦੱਸ ਦਈਏ ਇੱਕ ਵਾਰੀ। ਹੈਲਪਲਾਈਨ ਨੰਬਰ ਜਿਹੜਾ ਹੈਗਾ 76, ਪਿੱਛੇ ਬੈਕ ਸਾਈਡ ਮੈਂ ਲਿਖਿਆ ਵੀ ਹੈਗਾ ਜੀ, ਹਾਂਜੀ, 76588002025, 76588002025, ਇਹ ਨੰਬਰ 'ਤੇ ਕੰਸਲਟ ਕਰ ਸਕਦਾ ਜੀ। ਥੈਂਕ ਯੂ ਸਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਸ਼ਮੇਸ਼ ਗਰੁੱਪ ਕਾਫੀ ਵੱਡਾ ਨਾਮ ਆ ਜੀ, ਉਹਨਾਂ ਨੇ ਵੀ ਇੱਥੇ PDFA ਇੰਟਰਨੈਸ਼ਨਲ ਮੇਲੇ 'ਤੇ ਸਟਾਲ ਲਾਇਆ। ਆਇਓ ਦਿਖਾਈਏ ਕਿਹੜੇ ਕਿਹੜੇ ਪ੍ਰੋਡਕਟਸ ਉੱਥੇ ਲੈ ਕੇ ਆਏ ਜੀ। ਇਹ ਆਪਣਾ ਜੀ ਕਿਆ ਨਾਮ ਹੈ, ਕੰਬਾਈਨ ਹਾਰਵੈਸਟਰ ਹੈ, ਇਹ ਮੱਕੀ ਵਾਲੀ ਕੰਬਾਈਨ ਹੈ। ਤੋ ਇਸਮੇ ਆਪਕੋ ਇਹ ਕਟਰ ਹੈ ਕੰਪਨੀ ਕਾ, ਕਿਆ ਨਾਮ ਹੈ, ਕੋਟਡ ਕਿਆ ਹੋਇਆ ਪੈਂਟ ਹੈ, ਇਸ ਪੇ ਪਾਵਰ ਕੋਟਿੰਗ ਪੈਂਟ ਹੈ। ਔਰ ਜੋ ਇਹ ਕਟਰ ਹੈ ਕਿਸੇ ਵੀ ਕੰਪਨੀ ਕਾਪੀ ਨਹੀਂ ਹੈ, ਆਪਣੇ ਪਲੇਟ ਬੋਡੀ ਮੇਂ ਹੈ, ਬਿਲਕੁਲ ਸਾਰਾ ਜੋ ਆਪਣੀ ਕੰਬਾਈਨ ਹੈ, ਇਹ ਹਾਰਵੈਸਟਰ ਹੈ, ਇਹ ਪਲੇਟ ਬੋਡੀ ਮੇਂ ਹੈ। ਇਹ GPS ਟਰੈਕਰ, ਅਗਰ ਆਪ ਇਸ ਸਟਾਰਟ ਕਰੋਗੇ ਤੋ ਆਪਕੇ ਤੁਰੰਤ ਕਿਸਾਨ ਕੇ ਪਾਸ ਮੈਸੇਜ ਆਏਗਾ, ਕਸਟਮਰ ਕੇ ਪਾਸ, ਔਰ ਬੰਦ ਕਰੋਗੇ ਤੋ ਵੀ ਮੈਸੇਜ ਆਏਗਾ, ਠੀਕ ਹੈ। ਫਿਰ ਆਪਣਾ ਰੋਟਾਵੇਟਰ ਇਸ ਕੰਪਨੀ ਕਾ, ਠੀਕ ਹੈ। ਫਿਰ ਨੋਮੈਂਟਿਕ ਪਲੰਟਰ ਹੈ, ਸਟਰਾ ਰਿਪਰ ਹੈ, ਆਪਣਾ ਲੈਜਰ ਲੈਵਲਰ ਹੈ, ਠੀਕ ਹੈ। ਇਹ ਆਪਣੇ ਪ੍ਰੋਡਕਟ ਹੈ ਦਸ਼ਮੇਸ਼ ਕੰਪਨੀ ਕੇ, ਦਸ਼ਮੇਸ਼ ਕੰਪਨੀ ਕਾ ਹੈਵੀ ਡਿਊਟੀ ਕੁਆਲਿਟੀ ਮੇਂ, ਠੀਕ ਹੈ। ਇਹ ਆਪਣਾ ਨੋਮੈਂਟਿਕ ਪਲੰਟਰ ਹੈ, ਠੀਕ ਹੈ। ਇਹ ਆਪਣਾ ਸਟਰਾ ਰਿਪਰ ਹੈ, ਇਹ ਆਪਣੀ ਕੰਬਾਈਨ ਹੈ, ਠੀਕ ਹੈ। ਔਰ ਆਪਣੇ ਇੱਕ ਲੈਜਰ ਲੈਵਲਰ ਹੈ, ਜਾਂ ਸਟੋਲ ਪਿੰਨ ਲੱਗੀ ਹੋਈ, ਠੀਕ ਹੈ ਜੀ। ਸਾਰੇ ਜੀ ਇਹ ਚਾਰ ਤੁਸੀਂ ਲੈ ਕੇ ਆਏ ਹੈ ਜੀ, ਇੱਥੇ ਸਾਰੇ ਆਪ ਹੀ ਬਣਾਉਂਦੇ ਜੀ ਇੱਥੇ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਜੀਤ ਕੌਰ, ਪਿੰਡ ਖੁੱਡੀ ਕਲਾਂ ਨਾਲ ਬਰਨਾਲੇ ਦੇ ਸ਼ਹਿਰ ਦੇ ਨਾਲ ਪੈਂਦਾ ਜੀ ਪਿੰਡ ਸਾਡਾ। ਇਹ ਹੈਗਾ ਜੀ ਆਪਣਾ ਹਰੜ ਦਾ ਮਰੱਬਾ, ਇਹ ਪੇਟ ਕੇ ਲਈ ਬਹੁਤ ਅੱਛਾ ਹੈ। ਇਹ ਹੈਗਾ ਜੀ ਔਲਾ, ਆਪਣਾ ਆਂਵਲਾ ਜੀ ਉਹਨੂੰ ਕਹਿੰਦੇ ਆ। ਇਹ ਅਦਰਕ ਦਾ ਚਾਰ ਆ ਜੀ। ਇਹ ਹੈਗਾ ਜੀ ਜੈਤੂਨ ਦਾ ਚਾਰ, ਜਿਵੇਂ ਆਪਣੇ ਲੀਵਰ ਕੇ ਲਈ ਬਹੁਤ ਅੱਛਾ ਜੀ। ਇਹ ਲਸਣ ਦਾ ਚਾਰ ਆ ਜੀ ਆਪਣਾ, ਇਹ ਖੂਨ ਪਤਲਾ ਕਰਦਾ ਜੀ। ਇਹ ਦੇਸੀ ਲਸਣ ਦਾ ਜੀ ਚਾਰ, ਆਪਣੇ ਘਰ ਦੇ ਤਿਆਰ ਕੀਤੇ ਚਾਰ ਨੇ ਜੀ। ਇਹ ਲਸਣ ਆ ਜੀ, ਅੱਛਾ ਜੀ। ਇਹ ਆਪਣੇ ਆਮ ਦੀ ਚਟਨੀ ਆ ਗਈ ਜੀ, ਬਹੁਤ ਮੇਵੇ ਪਾ ਕੇ ਤਿਆਰ ਕੀਤੀ ਹੋਈ ਸਰ ਮੇਰੀ। ਆਹ ਲਾਲ ਮਿਰਚ ਆ ਗਈ ਜੀ, ਇਹ ਜਿਵੇਂ ਅੰਬਚੂਰ ਹੋ ਗਿਆ, ਕਾਲੀ ਮਿਰਚ, ਕਾਫੀ ਮਸਾਲੇ ਪਾ ਕੇ ਤਿਆਰ ਕੀਤੀ ਹੋਈ ਹੈ ਆਪਣੀ। ਇਹ ਹੈਗਾ ਜੀ ਕਿੱਕਰ ਦੀ ਫਲੀ, ਤੁੱਕਿਆਂ ਦਾ ਚਾਰ, ਹਾਂਜੀ। ਇਹ ਕਰੇਲਾ ਆ ਗਿਆ ਜੀ, ਉਹ ਆਮਲਾ ਆ ਗਿਆ ਜੀ, ਮਿੱਠਾ ਨਿੰਬੂ ਆ ਗਿਆ ਜੀ, ਜਵੈਣ ਵਾਲਾ ਬਹੁਤ ਵਧੀਆ। ਇਹ ਖੱਟਾ ਨਿੰਬੂ ਆ ਗਿਆ ਜੀ, ਇਹ ਹਰੀ ਮਿਰਚਾਂ, ਇਹ ਬਾਂਸ ਦਾ ਮਰੱਬਾ ਜੀ, ਬੱਚਿਆਂ ਦੇ ਕੱਦ ਵੱਢਣ ਵਾਸਤੇ, ਸਿਆਣੇ ਵੀ ਖਾ ਸਕਦੇ ਆ ਕਿਉਂਕਿ ਜੋੜਾਂ ਦਰਦਾਂ ਵਾਸਤੇ ਬਹੁਤ ਚੰਗਾ ਵਾ। ਇਹ ਡੇਲਿਆਂ ਦਾ ਚਾਰ ਆ ਜੀ, ਇਹ ਆਪਣੀ ਨਿਗਾਹ ਵਾਸਤੇ ਬਹੁਤ ਚੰਗਾ। ਧੰਨਵਾਦ ਜੀ ਬਹੁਤ ਬਹੁਤ। ਸਰ ਤੁਸੀਂ PDFA ਮੇਲੇ ਉੱਤੇ ਕਾਫੀ ਵੱਡਾ ਇੱਕ ਸਟਾਲ ਲਗਾਇਆ, ਉੱਥੇ ਤੁਹਾਡੀ ਕੰਪਨੀ ਕਾਫੀ ਨਾਮੀ ਅਤੇ ਪੁਰਾਣੀ ਕੰਪਨੀ ਹੈਗੀ ਆ, ਥੋੜੀਆਂ ਜਿਹੀਆਂ ਡਿਟੇਲ ਸਾਂਝੀ ਕਰੀਓ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਮੈਂ ਸੰਦੀਪ ਸਿੰਘ ਡੀਲੇਵਾਲ ਤੋਂ। ਸਾਡੀ ਕੰਪਨੀ ਜਿਹੜੀ ਹੈਗੀ ਹੈ PDFA ਦੇ ਮੇਲੇ 'ਤੇ ਹਰੇਕ ਸਾਲ ਯਾਨੀ ਕਿ ਇੱਥੇ ਐਗਜੀਬਿਸ਼ਨ ਲਾਉਂਦੀ ਹੈਗੀ ਹੈ, ਅਤੇ ਸਭ ਤੋਂ ਵੱਡਾ ਯਾਨੀ ਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਟਾਲ ਆਪਣਾ ਲਾਇਆ, ਅਤੇ ਇੱਥੇ ਜਿਹੜਾ ਹੈਗਾ ਕਿ ਆਲ ਓਵਰ ਡੇਅਰੀ ਫਾਰਮਿੰਗ ਜਿੰਨੀ ਮਸ਼ੀਨਰੀ ਹੈਗੀ ਹੈ ਉਹਦੀ ਆਪਾਂ ਜਾਣਕਾਰੀ ਦਿੰਦੇ ਜਿੰਨੇ ਵੀ ਫਾਰਮਰਸ ਆ ਰਹੇ ਨੇ। ਅਤੇ ਸਾਡੀ ਕੰਪਨੀ ਸਭ ਤੋਂ ਪੁਰਾਣੀ ਕੰਪਨੀ ਹੈਗੀ ਹੈ ਡੇਅਰੀ ਫੀਲਡ ਦੇ ਵਿੱਚ, ਜਿਵੇਂ ਯਾਨੀ ਕਿ ਤਕਰੀਬਨ ਜਿਹੜੀ ਸਾਡੀ ਕੰਪਨੀ ਨੇ 1883 ਦੇ ਵਿੱਚ ਯਾਨੀ ਕਿ ਸਟਾਰਟ ਕੀਤੀ ਸੀ, ਅਤੇ ਸਭ ਤੋਂ ਪਹਿਲੀ ਮਿਲਕਿੰਗ ਮਸ਼ੀਨ ਜਿਹੜੀ ਹੈਗੀ ਸੀ ਬਣਾਈ ਸੀ। ਜਿਹੜੀ ਤੁਸੀਂ ਆਹ ਮਸ਼ੀਨ ਦੇਖ ਰਹੇ ਹੋ ਇਹ 1917 ਦੇ ਵਿੱਚ ਯਾਨੀ ਕਿ ਇਹਨਾਂ ਨੇ ਬਣਾਈ ਸੀ, ਉਸ ਟਾਈਮ ਦੀ ਟੈਕਨੋਲੋਜੀ 'ਤੇ। ਅੱਜ ਯਾਨੀ ਕਿ ਮਾਡਲ ਹੋਰ ਚੇਂਜ ਹੁੰਦੇ ਹੁੰਦੇ ਆਹ ਟੈਕ ਮਾਡਲ ਸਾਡਾ ਚੱਲ ਰਿਹਾ। ਇਹਦੇ ਵਿੱਚ ਦੋ ਮਾਡਲ ਆਉਂਦੇ ਨੇ, ਇੱਕ ਤਾਂ ਮੱਝਾਂ ਵਾਲਾ, ਇੱਕ ਕਾਊਸ ਵਾਲਾ, ਹੈ ਨਾ। ਇਹ ਦੋ ਮਾਡਲ ਆਉਂਦੇ ਨੇ ਜਿਹਦੇ ਵਿੱਚ ਯਾਨੀ ਕਿ ਸਿੰਗਲ ਬਕਰ ਦੀ ਜਿਹੜੀ ਮਸ਼ੀਨ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਬਕਰ ਦੇ ਨਾਲ ਇੱਕ ਵੈਕਿਊਮ ਪੰਪ ਆ ਜਾਂਦਾ,
ਵੀ ਇੱਕ ਘੰਟੇ ਦੇ ਵਿੱਚ ਤਕਰੀਬਨ 8 ਐਨੀਮਲ ਮਿਲਕਿੰਗ ਕਰ ਦਿੰਦੇ ਹੋ ਸਿੰਗਲ ਬੱਕਰ ਦੇ ਨਾਲ ਜੀ, ਉਵੇਂ ਹੀ ਸੇਮ ਇਹ ਬਫੈਲੋ ਦੀ ਹੈਗੀ ਹੈ, ਇਹ ਫੁੱਲੀ ਆਟੋਮੈਟਿਕ ਹੈ। ਫੁੱਲੀ ਆਟੋਮੈਟਿਕ ਯਾਨੀ ਕਿ ਐਵੇਂ ਹੈਗਾ ਕਿ ਜਿਵੇਂ ਆਪਾਂ ਨੇ ਮਸ਼ੀਨ ਲਾਤੀ ਉਸ ਤੋਂ ਬਾਅਦ ਜਿਵੇਂ ਯਾਨੀ ਕਿ ਟਰਾਂਸਪਰੈਂਟ ਰਹਿੰਦੀ ਹੈ, ਟਿਊਬ ਵੀ ਟਰਾਂਸਪਰੈਂਟ ਰਹਿੰਦੀ ਹੈ, ਜਦ ਦੁੱਧ ਆਉਣਾ ਬੰਦ ਹੋ ਗਿਆ ਤਾਂ ਫਿਰ ਫਾਰਮਰ ਨੂੰ ਤਾਂ ਮਸ਼ੀਨ ਜਿਹੜੀ ਹੈਗੀ ਤਾੜਨੀ ਪੈਂਦੀ ਹੈ ਜੀ। ਹਾਂ, ਹਾਂਜੀ ਸਰ, ਹੋਰ ਕਿਹੜੇ ਕਿਹੜੇ ਪ੍ਰੋਡਕਟਸ ਆਪਣੇ ਲੈ ਕੇ ਆਏ ਤੁਸੀਂ ਇੱਥੇ ਆਪਣੇ, ਅਤੇ ਜਿਹੜੇ ਕਿ ਇੱਦਾਂ ਦੇ ਪ੍ਰੋਡਕਟਸ ਵੀ ਹੈਗੇ ਜਿਹੜੇ ਕਿ ਇਸ ਟਾਈਮ ਨਹੀਂ ਆਪਾਂ ਡਿਸਪਲੇ ਕਰ ਰਹੇ ਅਤੇ ਫਰਦਰ ਕੰਪਨੀ ਪ੍ਰੋਵਾਈਡ ਕਰਵਾ ਦਿੰਦੀ ਹੈ ਜੀ? ਹਾਂਜੀ ਹਾਂਜੀ ਹਾਂਜੀ, ਉਹਦੇ ਵੀ ਸਾਡੇ ਕਾਓ ਕੰਫਰਟ ਦੇ ਕਾਫੀ ਪ੍ਰੋਡਕਟ ਹੈਗੇ ਨੇ, ਜਿਵੇਂ ਤੁਸੀਂ ਦੇਖਦੇ ਹੋ ਕਿ ਆਪਣੇ ਆਹ ਤੁਸੀਂ ਆਹ ਕਾਫ ਦੇ ਰਿਲੇਟਡ ਪ੍ਰੋਡਕਟ ਨੇ ਜਿਵੇਂ ਬੱਚਿਆਂ ਨੂੰ ਦੁੱਧ ਪਿਲਾਉਣ ਵਾਸਤੇ, ਅਤੇ ਇਹ ਜਿਹੜਾ ਯਾਨੀ ਕਿ ਥੱਲੇ ਆਪਾਂ ਦੇਖ ਰਹੇ ਹਾਂ ਤੁਸੀਂ ਈਕੋ ਪੇਪਰ ਰੋਲ ਹੈਗਾ, ਜਿਵੇਂ ਯਾਨੀ ਕਿ ਆਪਾਂ ਗਾਵਾਂ ਦੀ ਜਦ ਚੁਆਈ ਕਰਦੇ ਨੇ ਤਾਂ ਪਹਿਲਾਂ ਡਿਪ ਕਰਨ ਤੋਂ ਬਾਅਦ ਫਿਰ ਉਹਨੂੰ ਸਫਾਈ ਦੇ ਨਾਲ ਇਹ ਕਰਦੇ ਨੇ, ਉਸ ਤੋਂ ਬਾਅਦ ਜਦ ਮਿਲਕਿੰਗ ਹੋ ਜਾਂਦੀ ਹੈ, ਮਿਲਕਿੰਗ ਕਰਨ ਤੋਂ ਬਾਅਦ ਫਿਰ ਆਪਾਂ ਜਿਹੜੇ ਇੱਕ ਟੀਟ ਡਿਪ ਯੂਜ ਕਰਦੇ ਨੇ, ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਉਂਦਾ ਵੀ ਆਪਣਾ ਆਹ ਮਾਡਲ ਹੈਗਾ ਜੀ। ਇਹ ਜਿਵੇਂ ਟੀਟ ਡਿਪ ਦਾ ਤੁਸੀਂ ਦੇਖਦੇ ਹੋ ਕਿ ਆਪਣਾ ਆਫਟਰ ਮਿਲਕਿੰਗ ਨਾ ਅੱਧੇ ਘੰਟੇ ਤੱਕ ਉਹਦਾ ਸਾਨੂੰ ਜਿਹੜਾ ਹੈਗਾ ਖੁੱਲ੍ਹਾ ਰਹਿੰਦਾ, ਤਾਂ ਉਸ ਟਾਈਮ ਤੱਕ ਇਹ ਬੈਕਟੀਰੀਆ ਉਹਦੇ ਅੰਦਰ ਐਂਟਰ ਨਾ ਕਰਦੇ, ਇਸ ਕਰਕੇ ਆਪਾਂ ਇਹ ਦਵਾਈ ਦਾ ਜਿਹੜਾ ਹੈਗਾ ਇਹ ਡਿਪ ਕਰ ਦਿੰਦੇ ਨੇ, ਜਿਹਦੇ ਨਾਲ ਇਹਦੀ ਲੇਅਰ ਬਣ ਜਾਂਦੀ ਹੈ। ਜਦ ਲੇਅਰ ਬਣ ਜੂਗੀ ਤਾਂ ਜਿਹੜਾ ਬੈਕਟੀਰੀਆ ਜਦ ਇਹਦੇ ਸੰਪਰਕ ਦੇ ਵਿੱਚ ਆਊਗਾ ਨਾਲ ਦੀ ਨਾਲ ਡੈਡ ਹੋ ਜੂਗਾ, ਤਾਂ ਜਿਹੜਾ ਐਨੀਮਲ ਨੂੰ ਮਸਟੈਟਿਸ ਤੋਂ ਕੰਟਰੋਲ ਮਿਲਦਾ। ਉਸ ਤੋਂ ਇਲਾਵਾ ਵੀ ਸਾਡੇ ਯਾਨੀ ਕਿ ਕਾਫੀ ਪ੍ਰੋਡਕਟ ਹੈਗੇ ਨੇ, ਜਿਵੇਂ ਤੁਸੀਂ ਦੇਖ ਸਕਦੇ ਹੋ ਡੈਰੀ ਫੈਨ ਹੈ, ਜਿਵੇਂ ਉਹ ਪਿੱਛੇ ਬੈਕ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਪੂਰੇ ਫਾਰਮ ਦੇ ਵਿੱਚ ਆਪਣੇ ਲੱਗੇ ਹੋਏ ਨੇ, ਗਾਵਾਂ ਦੀ ਗਰੂਮਿੰਗ ਦੇ ਲਈ ਸਵਿੰਗਿੰਗ ਬ੍ਰੱਸ਼ ਵੀ ਹੈਗੇ ਨੇ, ਤੁਹਾਡੇ ਆਹ ਡੈਰੀ ਫੈਨਸ ਹੋ ਗਏ ਜੀ, ਇਹ ਸਾਰੀ ਚੀਜ਼ਾਂ ਯਾਨੀ ਕਿ ਜਿਹੜੀ ਹੈਗੀ ਡੀਲਰ ਪ੍ਰੋਵਾਈਡ ਕਰਦੀ ਹੈ। ਉਸ ਤੋਂ ਬਾਅਦ ਫਾਰਮ ਦੀ ਮੈਨੇਜਮੈਂਟ ਦੇ ਲਈ ਜਿਹੜੇ ਪ੍ਰੋਡਕਟ ਹੈਗੇ ਨੇ, ਜਿਵੇਂ ਸਾਡੇ ਸੋਫਟਵੇਅਰ ਆਉਂਦੇ ਨੇ ਜੀ ਵੱਡੇ ਫਾਰਮਾਂ ਵਾਸਤੇ, ਜੇ ਕਿਸੇ 100 ਐਨੀਮਲ ਦਾ ਫਾਰਮ ਹੈਗਾ, ਕਾਊਜ਼ ਦੀ ਐਕਟੀਵਿਟੀ ਮੋਨੀਟਰਿੰਗ ਸਿਸਟਮ ਹੈਗੀ ਹੈ, ਉਹਦਾ ਸਾਰਿਆਂ ਦਾ ਯਾਨੀ ਕਿ ਜਿਹੜਾ ਕੰਟਰੋਲ ਤੁਸੀਂ ਆਪਣੇ ਫੋਨ ਦੇ ਉੱਤੇ ਅਤੇ ਲੈਪਟੋਪ ਦੇ ਉੱਤੇ ਡਿਟੇਲ ਯਾਨੀ ਕਿ ਲੈ ਸਕਦੇ ਹੋ, ਅਤੇ ਹਰੇਕ ਇੱਕ ਕਸਟਮਾਈਜ਼ ਰਿਪੋਰਟ ਬਣਾ ਸਕਦੇ ਹੋ ਉਹਦੇ ਨਾਲ ਜੀ, ਅਤੇ ਜਿਹਦੇ ਨਾਲ ਐਨੀਮਲ ਦੀ ਹੈਲਥ ਵੀ ਵਧੀਆ ਰਹਿੰਦੀ ਹੈ, ਤੁਹਾਨੂੰ ਯਾਨੀ ਕਿ ਡਿਸੀਜ਼ਨ ਇੱਕ ਕੁਇਕ ਮਿਲ ਜਾਂਦਾ, ਤਾਂ ਉਸ ਟਾਈਪ ਦੇ ਵੀ ਸਾਡੇ ਕੋਲ ਜਿਹੜੇ ਹੈਗੇ ਨੇ ਪ੍ਰੋਡਕਟ ਹੈਗੇ ਨੇ। ਅਤੇ ਪਲੱਸ ਤੁਸੀਂ ਆਹ ਦੇਖ ਸਕਦੇ ਹੋ ਕਿ ਅੱਗੇ ਜਿਵੇਂ ਹੁਣ ਜਿਹੜੇ ਰਿਕਾਰਡ ਆ ਜਾਂ PDF ਦੇ ਮੇਲੇ ਦੇ ਵੀ ਬਣ ਰਹੇ ਨੇ ਵੀ 80-80 ਲੀਟਰ ਤੱਕ ਦੇ ਯਾਨੀ ਕਿ ਐਨੀਮਲ ਪਹੁੰਚ ਚੁੱਕੇ ਨੇ ਜੀ, ਤਾਂ ਹੁਣ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਉਹ ਫਿਊਚਰ ਉਹਦਾ ਰੋਬੋਟਿਕ ਡੇਰੀ ਫਾਰਮ ਹੈਗਾ, ਵੀ ਸਾਡਾ ਫੋਕਸ ਵੀ ਇਹਦੇ 'ਤੇ ਹੈਗਾ ਕਿ ਜਿਹੜੇ ਵੀ ਹੁਣ ਨਵੇਂ ਫਾਰਮਰ ਆਉਣਗੇ ਉਹ ਇਹਨਾਂ ਦੇ ਉੱਤੇ ਫੋਕਸ ਦੇ ਉੱਤੇ ਜਾਣਗੇ ਜੀ, ਜਿਹੜੀ ਯਾਨੀ ਕਿ ਮਸ਼ੀਨਾਂ ਤੋਂ ਹੁਣ ਆਪਾਂ ਯੂਰੋਪੀਅਨ ਸਟੈਂਡਰਡ ਦੇ ਅਕੋਰਡਿੰਗ ਹੀ ਅੱਗੇ ਵਧਾਂਗੇ ਜੀ, ਤਾਂ ਸਾਡਾ ਵੀ ਸਹਿਯੋਗ ਹੈਗਾ ਕਿ ਸਾਰੇ ਫਾਰਮਰ ਨੂੰ ਇਹਦੀ ਟੈਕਨੋਲੋਜੀ ਦੇ ਬਾਰੇ ਜਾਗਰੂਕ ਕਰਾਇਆ ਜਾਵੇ ਜੀ। ਸਰ, ਜਿਹੜੇ ਆਖਰੀ ਜਿਹੜੇ ਬੀਤੇ ਦਿਨ ਹੈਗੇ ਦੋ PDFA ਮੇਲੇ ਦੇ, ਉਹ ਕੀ ਰਿਸਪੋਂਸ ਰਿਹਾ ਫਾਰਮਰਸ ਵੱਲੋਂ? ਬਹੁਤ ਵਧੀਆ ਰਿਸਪੋਂਸ ਰਿਹਾ ਜੀ, ਵੈਸੇ ਕੱਲ੍ਹ ਦਾ ਦਿਨ ਸੰਡੇ ਦਾ ਸੀ ਅਤੇ ਮੌਸਮ ਨੇ ਵੈਸੇ ਖਰਾਬ ਥੋੜ੍ਹਾ ਕੀਤਾ ਸੀ, ਬਟ ਤਾਂ ਵੀ ਯਾਨੀ ਕਿ ਲੋਕਾਂ ਨੇ ਕਾਫੀ ਵਧੀਆ ਹੰਗਾਰਾ ਭਰਿਆ, ਸਾਰੇ ਫਾਰਮਰ ਯਾਨੀ ਕਿ ਆਏ ਨੇ ਉਰੇ, ਅਤੇ ਸਾਨੂੰ ਵੀ ਆਹ ਲਾ ਲਓ ਵੀ ਪੂਰਾ ਦਿਨ ਅਸੀਂ ਬਿਜ਼ੀ ਰਹੇ ਫਾਰਮਰ ਨੂੰ ਸਾਰਾ ਨੌਲੇਜ ਸ਼ੇਅਰਿੰਗ ਦੇ ਵਾਸਤੇ ਅਤੇ ਆਪਣੇ ਪ੍ਰੋਡਕਟ ਦੀ ਇਨਫੋਰਮੇਸ਼ਨ ਦੇਣ ਵਾਸਤੇ ਜੀ, ਅਤੇ ਕਾਫੀ ਵਧੀਆ ਰਿਹਾ ਜੀ ਐਗਜੀਬਿਸ਼ਨ ਇਹ ਸਾਰਾ ਜੀ। ਥੈਂਕ ਯੂ ਸਰ। ਉਹਨਾਂ ਨੇ ਇੱਥੇ ਜੀ PDF ਮੇਲੇ ਉੱਤੇ ਸਟਾਲ ਲਗਾਈ ਹੋਈ ਹੈ, ਆਇਓ ਗੱਲ ਕਰਦੇ ਉਹਨਾਂ ਨਾਲ। ਸਰ, ਕੀ ਨਾਮ ਜੀ ਆਪਣਾ? ਨਮਸਕਾਰ ਜੀ, ਮੈਂ ਸੋਨ ਮਿੱਤਲ, ਮਿੱਤਲ ਮੈਟ ਕੰਪਨੀ ਹਰਿਆਣਾ ਫਤਿਹਾਬਾਦ ਤੋਂ। ਸਾਡੀ ਕੰਪਨੀ ਸਪੈਸ਼ਲ ਐਨੀਮਲ ਦੇ ਵਾਸਤੇ ਮੈਟ ਬਣਾਉਂਦੀ ਹੈ ਜੀ, ਔਰ ਆਜ ਮੈਂ PDFA ਮੇਲੇ ਮੇ ਆਇਆ ਹੁਆ ਹੂੰ ਜੀ, ਔਰ ਆਪਕੋ ਇਨ ਮੈਟ ਸੇ ਹੋਣੇ ਵਾਲੇ ਫਾਇਦੇ ਔਰ ਕਿਆ ਕਿਆ ਇਨਕੀ ਕੀਮਤ ਕੇ ਬਾਰੇ ਮੈਂ ਬਤਾਤਾ ਹੂੰ ਜੀ। ਸਬਸੇ ਪਹਿਲੇ ਤੋ ਹਮਾਰਾ ਜੋ ਫੇਮਸ ਪ੍ਰੋਡਕਟ ਹੈ ਹਰਿਆਣਾ ਸ਼ਕਤੀ ਪ੍ਰੀਮੀਅਮ ਕੇ ਨਾਮ ਸੇ ਹੈ, ਇਸਕਾ ਸਾਈਜ਼ 5x8 ਕਾ ਹੋਤਾ ਹੈ, ਰੇਟ ਇਸਕਾ 3000 ਰੁਪਏ ਹੈ, 3 ਸਾਲ ਕੀ ਇਸਕੀ ਗਰੰਟੀ ਦੇਤੇ ਹੈਂ, ਲਾਈਫ ਅਪ ਟੂ 7-10 ਸਾਲ ਕੀ ਹੋਤੀ ਹੈ ਜੀ, ਔਰ ਉਸਕੇ ਬਾਅਦ ਮੈਂ ਹਮ ਹਰਿਆਣਾ ਸ਼ਕਤੀ ਕੇ ਨਾਮ ਸੇ ਬਣਾਤੇ ਹੈ, ਇਹ 2500 ਰੁਪਏ ਕਾ ਮੈਟ ਹੈ, ਇਸਕੀ ਹਮ 2 ਸਾਲ ਕੀ ਗਰੰਟੀ ਦੇਤੇ ਹੈਂ, ਔਰ ਕਾਓ ਬੈਡ ਕੇ ਨਾਮ ਸੇ ਮਿਲ ਜਾਏਗਾ, 2200 ਰੁਪਏ ਕਾ ਮੈਟ ਹੈ, 1 ਸਾਲ ਕੀ ਇਸਕੀ ਗਰੰਟੀ ਹੈ, ਔਰ ਕਮ ਰੇਟ ਮੇ ਚਾਹੀਏ ਤੋ MRF ਕੇ ਨਾਮ ਸੇ ਮਿਲ ਜਾਏਗਾ, ਇਸਕਾ 2000 ਰੁਪਏ ਰੇਟ ਹੈ, ਇਸਕੀ ਹਮ 9 ਮਹੀਨੇ ਕੀ ਗਰੰਟੀ ਦੇਤੇ ਹੈਂ, ਬਿਲਕੁਲ ਕਮ ਰੇਟ ਮੇ ਜਿੰਦਲ ਕੰਪਨੀ ਕਾ ਮੈਟ ਬਣਾਤੇ ਹੈ,
ये 1600 रुपये इसकी कीमत है, 3 महीने की इसकी गारंटी देते हैं जी। आजकल क्या हो चुका है जी, जो हमारे घर वगैरह हैं, मकान वगैरह पक्के हो चुके हैं, जिसके कारण पशुओं को अनेक दिक्कतों का सामना करना पड़ता है। बड़े बड़े डेयरी फार्मों से सुनने में आता है, मेरी गायें का थन खराब हो गया, खुरों में चोट लगी, उसका टेम्परेचर मेंटेन नहीं होता। ये बहुत सारी दिक्कतों से बचाने के लिए हरियाणा शक्ति का मैट लगाइए आप। इससे ये फायदे लिखे हुए हैं यहाँ पे, 15 से 20% तक की मिल्क प्रोडक्शन में वृद्धि हो जाती है, पशुओं को एक जैसा टेम्परेचर मिलता है, पशुओं को साफ़ सुथरा रखने में बहुत सहायक है। और ये हमारे मैट ज़्यादा वजनी नहीं होते, इसको महिलाएं भी अंदर बाहर कर सकती हैं। और भी अनेक फायदे हैं, गर्मियों का जब सीज़न आ जाता है, मक्खी मच्छर बहुत हो जाते हैं, उससे बचाने के लिए हमारी कंपनी मच्छरदानी भी बनाती है। जिसके पास 2 पशु होते हैं उसको 1500 से 2000 रुपये दे के वो मच्छरदानी बनवा सकता है, और पूरे भारत में किसी भी एड्रेस पे मंगवा सकता है। डिलीवरी चार्ज एक्स्ट्रा रहेगा। हमारा कॉन्टैक्ट नंबर है 9053-5850-3580111। PDFA के ये मेले के माध्यम से मैं PDFA की पूरी टीम का धन्यवाद करना चाहता हूँ। आजकल का जो युग है, इसमें किसान भाइयों की कोई नहीं सुनता, डेयरी पालक भाइयों की कोई नहीं सुनता, इतना मुश्किल है ये करना। ये PDFA की टीम उनको जागरूक करने का काम कर रही है। मैं आपके चैनल के माध्यम से PDFA की टीम का भी धन्यवाद करता हूँ। हाँ जी सर, तुम शायद इतने प्रदर्शनी लगाई है, तो अपने जड़े फार्मर्स लिए की तुम स्पेशल की लैके आए जी इतने? सत श्रीकाल वीर जी, मेरा नाम अंग्रेज सिंह है जी, पिंड धरमूचक, जिला अमृतसर। मैं भी जी इतने शहद की प्रदर्शनी लाई है, मैं एक मधुमक्खी पालक हाँ, ठीक है जी। मैं जिमीदारा वास्ते एक खास किस्म का शहद लैके आया, सरों के फुल का शहद, जोड़ा 100% जम जाता और 99% बाहरले मुल्कों एक्सपोर्ट कर दिता जाता। अपने एक पुठी कहावत आ भी जमया शहद जोड़ा शुद्ध नहीं हों, पर नहीं, जोड़ा शहद जमदा वो 100% शुद्ध हों। सरों के शहद के ग्लूकोज की मात्रा बहुत ज़्यादा जरूरी होंगी है। ये एक योजा कुदरती भोजन है जी, अपने शरीर को पचाने की नहीं जरूरत होंगी, पचया पचाया भोजन होंगे सरों का शहद, और अमेरिका वर्गिया कंट्रिया एक्सपोर्ट कर दिता जाता। असी इतने मैं तकरीबन 1 क्विंटल शहद लैके आया सरों का, जोड़ा लोगों को टेस्ट भी कराया और बेचा भी, तो दसिया भी जमया शहद भी वधिया होंगे, ठीक है जी। और शहद जो भी लैना कोशिश करो भी अपने लागे चागे के मधुमक्खी पालक को लो, क्योंकि शहद एक कुदरती चीज़ आ, पर वड्डिया फैक्ट्रियां अडल्ट्रेशन करके उन्होंने खराब कर रही, अपने तक भरम फैला भी वो शहद इस तरह का जोड़ा इस तरह का वो सही नहीं होंगे, पर नहीं, हमेशा मधुमक्खी पालक को शहद खरीदो तो वधिया शहद खरीदो। कोई वक् वक् वरायटी भी हैगी शहद की अपने को? हाँ जी वीर जी, शहद की वरायटी वीर जी फुलों पर डिपेंड करती है। ये जिवें सरों का शहद आ, ठीक है जी, राजस्थान हरियाणे तो अपने पंजाब दे विच निकलता है, ठीक है जी। इस तरीके ये मल्टीफ्लोरा आ जिहड़ा बसंत रुत्त च निकलता, स्पाइदे टाली तो होर फ्लावर का। इस तरीके वीर जी साडे कोल अजवैन के फुल का शहद आ, ये चित्तौड़गढ़ जिले च निकलता जी, राजस्थान च, उत्थे अजवैन की खेती होंदी, असीं अपनियां मक्खियां नूं उत्थे लैके जांदे आ, उत्थे फिर अजवैन के फुल तो जिहड़ा नैक्टर आउंदा वो अजवैन का शहद निकलता है जी। पहले दिन तो ही इतने स्टॉल लगाया होया जी इतने? नहीं वीर जी, मैनू इतने 9 साल हो गया PDFA चाउंदिया जी, और तकरीबन 8-9 साल मैंने PAU च स्टॉल लाने हो गया। 1992 तो मेरे फादर साहब मधुमक्खी पाल फार्मिंग करते, 2013 च मैं इस काम के आया, पर जो मैं इस काम के आया तो देखा भी जड़िया वड्डिया फैक्ट्रियां वो मधुमक्खी पालक के हिस्से कुछ पाउंदियां नहीं गिया, बहुत घट कीमत से शायद खरीदियां तो बहुत महंगा करके बेच देंदियां। फिर मैं अपना ही ब्रांड न्यू गोल्डन पंजाब हनी बना के उन्हों वक् वक् प्रदर्शनियों के उत्ते लैके जाना शुरू किया, और लोगों तक शुद्ध चीज़ पहुँचाई शुरू की। काफ़ी उत्साह ना मैं देखिया इतने जी, साढ़े जिमीदार पहुँचे ने, तो किदा का रिस्पोंस रहा जी, जिहड़े जिहड़े 2 दिन पिछले बीते आ जी इतने? हाँ जी वीर जी, बहुत वधिया रिस्पोंस रहा जी, बहुत वधिया जिमीदारा ने अपनी खरीदो फरोख्त की अपने को, नाले आपां उन्हां नूं दस्सिया सरों दे शहद बारे, बहुत ही वधिया रिस्पोंस रहा वीर जी।
ਵੀਰ ਹੋਣਾ ਨੇ ਇੱਥੇ ਸ਼ਹਿਦ ਲਗਾਇਆ ਹੋਇਆ ਸੀ, ਪ੍ਰਦਰਸ਼ਨੀ ਕੀਤੀ ਹੋਈ ਸ਼ਹਿਦ ਦੀ, ਕਾਫੀ ਵਧੀਆ ਰਿਸਪੋਂਸ ਉਤਸ਼ਾਹ ਜੀ ਦੇਖਣ ਨੂੰ ਮਿਲਿਆ ਜੀ। ਸਰ ਤੁਸੀਂ PDFA ਮੇਲੇ ਤੇ ਅਮੂਲ ਵੱਲੋਂ ਸਟਾਲ ਲਗਾਇਆ ਹੋਇਆ ਇੱਥੇ, ਤੇ ਕਿਹੜੀ ਕਿਹੜੀ ਫੀਲਡ ਤੇ ਕਿਹੜੇ ਕਿਹੜੇ ਪ੍ਰੋਡਕਟਸ ਦੀ ਪ੍ਰਦਰਸ਼ਨੀ ਇੱਥੇ ਮੇਨੀਆ ਜੀ? ਅਮੂਲ ਦੇ ਵੱਲੋਂ ਹਰ ਤਰ੍ਹਾਂ ਦਾ ਪ੍ਰੋਡਕਟ ਤਿਆਰ ਕੀਤਾ ਜਾ ਰਿਹਾ ਜੀ। ਅਸੀਂ ਸਪੈਸ਼ਲ ਕੈਟਲ ਫੀਡ ਨੂੰ ਲੈ ਕੇ ਆਏ ਹਾਂ, ਕੈਟਲ ਫੀਡ ਐਂਡ ਸਪਲੀਮੈਂਟ ਆ ਸਾਡੇ ਕੋਲੇ, ਜਿਵੇਂ ਜੀਵਨ ਮਿਲਕ ਰਿਪਲੇਸਰ ਸਾਡਾ ਹੈਗਾ ਕਾਫ ਨੂੰ ਤਿਆਰ ਕਰਨ ਵਾਸਤੇ ਆ, ਬੜੀ ਡਿਮਾਂਡ ਦੇ ਵਿੱਚ ਚੱਲ ਰਿਹਾ ਇਹ ਪ੍ਰੋਡਕਟ ਸਾਡੇ ਲਈ। ਇਹ ਬੱਚਿਆਂ ਨੂੰ ਤਿਆਰ ਕਰਨ ਵਾਸਤੇ ਸਭ ਤੋਂ ਸਸਤਾ ਅਤੇ ਗਰੋਥ ਵਾਲਾ ਪ੍ਰੋਡਕਟ ਹੈ, ਇਹ ਸਭ ਤੋਂ ਵਧੀਆ ਚੱਲ ਰਿਹਾ ਇਹ ਪ੍ਰੋਡਕਟ। 100 ਗ੍ਰਾਮ ਪਾਊਡਰ ਦੇ ਨਾਲ 1 ਲੀਟਰ ਦੁੱਧ ਤਿਆਰ ਹੁੰਦਾ ਵਾ, ਕਾਫ ਦੀ ਜਲਦੀ ਗਰੋਥ ਹੁੰਦੀ ਹੈ ਇਹਦੇ ਨਾਲ। ਪ੍ਰੋਡਕਟ ਵੀ ਦਿਖਾ ਦਈਏ ਆਪਣੇ ਕਿਹੜੇ ਕਿਹੜੇ ਹੈਗੇ ਜੀ ਆਪਾਂ? ਹਾਂਜੀ, ਇਹ ਜੀਵਨ ਪ੍ਰੋਡਕਟ ਹੈ ਜੀ, ਜਿਹਦੀ ਮੈਂ ਗੱਲ ਪਹਿਲਾਂ ਕਰਕੇ ਹਟਿਆ ਨਾ, ਇਹਦੇ ਨਾਲ ਕਾਫ ਨੂੰ ਤਿਆਰ ਕੀਤਾ ਜਾਂਦਾ ਵਾ 10 ਦਿਨ ਤੋਂ ਲੈ ਕੇ 3 ਮਹੀਨੇ ਤੱਕ। ਇੱਦਾਂ ਹੀ ਸਾਡਾ ਕੈਲਸ਼ੀਅਮ ਆ ਰਿਹਾ ਵਾ, ਇੱਦਾਂ ਹੀ ਸਾਡੇ ਬਹੁਤ ਸਾਰੇ ਛੋਟੇ ਛੋਟੇ ਸਪਲੀਮੈਂਟ ਆ, ਇਹ ਸਾਡਾ ਮਾਸਪਰੋ ਆ ਰਿਹਾ ਜੀ, ਜਿਵੇਂ ਮਸਥੈਟਸ ਆ ਰਹੀ ਆ ਹੈ ਨਾ, ਉਸ ਮਸਥੈਟਸ ਦੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਇਹ ਮਾਸਪਰੋ ਪ੍ਰੋਡਕਟ ਆ। ਇਹ ਸਾਡਾ ਜੀ ਫਰਟੀ ਬੂਸਟ ਪ੍ਰੋਡਕਟ ਆ, ਜਿਹੜੇ ਡੰਗਰ ਅੱਜ ਕੱਲ੍ਹ ਦੇਖਿਆ ਹੋਣਾ ਤੁਸੀਂ। ਪਹਿਲਾਂ ਜੀ ਮੈਂ ਆਪਣੇ ਵੱਲੋਂ ਜਾਣਕਾਰੀ ਦੇਣਾ ਚਾਹੁੰਦਾ ਜੀ, ਮੈਂ ਕੈਟਲ ਫੀਡ ਇੰਚਾਰਜ ਅਮੂਲ ਵੱਲੋਂ ਦੇਖ ਰਿਹਾ ਜੀ ਸਾਰਾ ਜੀ, ਠੀਕ ਹੈ ਜੀ। ਇਹ ਫਰਟੀ ਬੂਸਟ ਪ੍ਰੋਡਕਟ ਅੱਜ ਕੱਲ੍ਹ ਜਿਸ ਤਰ੍ਹਾਂ ਤੁਸੀਂ ਜਾਣਿਆ ਹੋਊਗਾ ਕਿ ਡੰਗਰ ਬਾਰ ਬਾਰ ਰਿਪੀਟ ਹੋ ਰਹੇ ਨੇ, ਉਹ ਰਿਪੀਟਿੰਗ ਇਸ਼ੂ ਵਾਸਤੇ ਸਪੈਸ਼ਲ ਟੈਬਲੇਟਸ ਬਣਾਈਆਂ ਗਈਆਂ ਨੇ, ਜਿਹੜੀਆਂ ਅਸੀਂ 2 ਟੈਬਲੇਟ ਮਤਲਬ 2 ਡੱਬੀਆਂ ਦਾ ਕੋਰਸ ਹੈ, 1 ਡੰਗਰ ਦਾ 2 ਡੱਬੀਆਂ ਦਾ ਕੋਰਸ ਹੈ। ਇਹਦੇ ਨਾਲ ਜਿਹੜੀ ਡੰਗਰ ਦੀ ਰਿਪੀਟ ਦੀ ਇਸ਼ੂ ਆਉਂਦਾ ਆ, ਬਾਰ ਬਾਰ ਡੰਗਰ ਰਿਪੀਟ ਕਰਦਾ ਹੈ ਜਾਂ ਡੰਗਰ ਬਣਦਾ ਨਹੀਂ, ਉਹਦੇ ਵਿੱਚ ਇਹ ਬਹੁਤ ਹੀ ਕਾਰਗਰ ਦਵਾਈ ਹੈ ਜੀ। ਇਸੇ ਤਰ੍ਹਾਂ ਆਲ ਫੀਡ ਸਾਡੇ ਕੋਲ ਹੈਗੀ ਆ, ਕੈਟਲ ਫੀਡ ਜਿਹੜੀ ਆ ਪਸ਼ੂਆਂ ਦੇ ਵਾਸਤੇ, ਪਾਵਰ ਦਾਨ, ਸੁਪਰ ਦਾਨ, ਨਿਊਟਰੀ, ਬਫੈਲੋ, ਮੱਝਾਂ ਗਾਵਾਂ ਵਾਸਤੇ ਹਰ ਤਰ੍ਹਾਂ ਦੀ ਫੀਡ ਆਪਣੇ ਕੋਲ ਜਾਇਜ਼ ਰੇਟ ਦੇ ਵਿੱਚ ਵਧੀਆ ਕੁਆਲਿਟੀ ਦੇ ਨਾਲ ਸਾਫ਼ ਸੁਥਰੀ ਫੀਡ ਅਸੀਂ ਤਿਆਰ ਕਰਕੇ ਫਾਰਮਰਸ ਤੱਕ ਪਹੁੰਚਾ ਰਹੇ ਹਾਂ। ਸਰ ਜਿੱਦਾਂ PDFA ਮੇਲੇ ਦਾ ਅੱਜ ਆਖਰੀ ਦਿਨ ਆ, ਅਤੇ ਸਭ ਤੋਂ ਵੱਡਾ ਮੇਲਾ ਹੁੰਦਾ ਜੀ PDFA ਇੰਟਰਨੈਸ਼ਨਲ ਮੇਲਾ ਨਾ ਜੀ, ਅਤੇ ਉਹਦੇ ਬਾਰੇ ਕੁਝ ਦੱਸੋ ਕਿੱਦਾਂ ਦਾ ਰਿਸਪੋਂਸ ਰਿਹਾ ਆਣ ਜਿਹੜੇ ਦਿਨ, ਸਾਡੇ 2 ਦਿਨ ਨਿਕਲੇ ਆ ਜੀ? ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸੋਹਣਾ ਰਿਸਪੋਂਸ ਮਿਲ ਰਿਹਾ, ਫਾਰਮਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਆ ਸ਼ੌਂਕ ਦੇ ਨਾਲ। ਜਿਹੜਾ ਇਹ ਫਾਰਮਰ ਪਹਿਲਾਂ ਪਸ਼ੂ ਪਾਲਣ ਦਾ ਧੰਦਾ ਸੀਗਾ, ਮਜ਼ਬੂਰੀ ਦੇ ਕਾਰਨ ਇਹ ਬਣਦਾ ਜਾ ਰਿਹਾ ਸੀ, ਪਰ ਫਿਰ ਦੁਬਾਰਾ ਜਿਵੇਂ ਨੌਜਵਾਨ ਉੱਠੇ ਆ, ਪੜ੍ਹੇ ਲਿਖੇ ਨੌਜਵਾਨ ਇਸ ਕਿੱਤੇ ਨੂੰ ਅਪਣਾ ਰਹੇ ਆ, ਅਤੇ ਸ਼ੌਂਕ ਦੇ ਨਾਲ ਹੁਣ ਇਸ ਧੰਦੇ ਨੂੰ ਅੱਗੇ ਲੈ ਕੇ ਜਾ ਰਹੇ ਆ। ਇਹ ਆਉਣ ਵਾਲੇ ਦਿਨਾਂ 'ਚ ਲਾਹੇਵੰਦ ਧੰਦਾ ਹੋਊਗਾ, ਜੇਕਰ ਇਸੇ ਤਰ੍ਹਾਂ ਨੌਜਵਾਨ ਵੀ ਸਾਡੇ ਪੰਜਾਬੀ ਇਸ ਫਾਰਮਰ ਲਾਈਨ ਨੂੰ, ਜਿਹੜਾ ਪਸ਼ੂ ਪਾਲਣ ਧੰਦੇ ਨੂੰ ਇੰਟਰਸਟ ਦੇ ਨਾਲ ਲੈਣਗੇ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਕਾਫੀ ਵੱਡਾ ਸਟਾਲ PDFA ਮੇਲੇ ਦੇ ਉੱਤੇ ਲਗਾਇਆ, ਉੱਤੋਂ ਲਾਸਟ ਦਿਨ ਹੈਗਾ ਆ ਜੀ PDFA ਮੇਲੇ ਦਾ, ਅਤੇ ਕਾਫੀ ਵੱਡੀ ਤੁਹਾਡੇ ਪ੍ਰੋਡਕਟਸ ਦੀ ਪ੍ਰਦਰਸ਼ਨੀ ਇੱਥੇ ਹੈਗੀ ਆ, ਮਾੜੀ ਜਾਣਕਾਰੀ ਸਾਂਝੀ ਕਰੀਓ। ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਮਨਦੀਪ ਵੈਨਸਨ ਟੈਕਨੋਲੋਜੀ ਤੋਂ, ਆਪਣੀਆਂ ਮਿਲਕਿੰਗ ਮਸ਼ੀਨਾਂ ਬਾਰੇ, ਪਾਰਲਰ ਬਾਰੇ, ਜੋ ਵੀ ਸਾਡੇ ਪ੍ਰੋਡਕਟ ਆ ਉਹਨਾਂ ਬਾਰੇ ਅੱਜ ਮੈਂ ਤੁਹਾਨੂੰ ਦੱਸੂੰਗਾ। ਸਭ ਤੋਂ ਪਹਿਲਾਂ ਆਪਣਾ ਇਹ ਹੁੰਦਾ ਜੀ ਪਾਰਲਰ, ਇਹ ਪਾਰਲਰ ਹੈ ਜੀ, ਇਹ ਪੋਰਟੇਬਲ ਪਾਰਲਰ, ਇਹਨੂੰ ਕਿਤੇ ਵੀ ਤੁਸੀਂ ਰੇੜ ਕੇ ਲੈ ਕੇ ਜਾ ਸਕਦੇ ਹੋ। 4 ਗਾਵਾਂ ਦੀ ਇਕੱਠੀ ਮਿਲਕਿੰਗ ਹੋ ਸਕਦੀ ਹੈ ਇਹਦੇ ਨਾਲ ਜੀ, ਇਹਨੂੰ ਤੁਸੀਂ ਵੀ ਗਾਵਾਂ ਦੇ ਮਗਰ ਮਿਲਕਿੰਗ ਕਰੋ, ਇਹਨਾਂ 'ਚ ਦੁੱਧ ਆ ਜਾਂਦਾ ਜੀ, 4 ਗਾਵਾਂ ਦੀ ਮਿਲਕਿੰਗ 1 ਨਾਲ ਹੋ ਜਾਂਦੀ ਹੈ ਜੀ। ਇਸ ਤੋਂ ਬਾਅਦ ਆਪਣੀ ਹੁੰਦੀ ਹੈ ਰੇੜਨ ਵਾਲੀ ਮਸ਼ੀਨ ਜੀ, ਇਹਨੂੰ ਤੁਸੀਂ ਕਿਤੇ ਵੀ ਜਾ ਕੇ ਰੇੜ ਕੇ ਲੈ ਸਕਦੇ ਜਾ ਸਕਦੇ ਹੋ, ਐਨੀਮਲ ਦੇ ਮਗਰ ਆਪਾਂ ਮਸ਼ੀਨ ਲਿਜਾ ਕੇ ਮਿਲਕਿੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਣੇ ਹੁੰਦੇ ਡੇਰੀ ਫੈਨ ਜੀ, ਇਸ ਤੋਂ ਬਾਅਦ ਆਪਣੇ ਆ ਕੇ ਡੇਰੀ ਫੈਨ ਜੀ, ਆਪਣਾ ਇਹ ਆਪਣਾ ਡੇਢ ਦੀ ਮੋਟਰ ਦੇ ਨਾਲ 4.5x4 ਦਾ ਫੈਨ ਹੈ, ਸਟੀਲ ਦਾ ਫੈਨ ਹੋਊਗਾ ਸਾਰਾ ਜੀ, ਇਹਦੇ ਫਰ ਸਟੀਲ ਦੇ ਹੋਣਗੇ, ਬੋਡੀ ਅਲਮੀਨੀਅਮ ਦੀ ਹੋਊਗੀ ਜੀ। ਉਸ ਤੋਂ ਬਾਅਦ 1 HP 'ਚ ਫੈਨ ਆ ਜਾਂਦਾ ਜੀ, 1 ਦੀ ਮੋਟਰ ਦੇ ਨਾਲ ਜੀ। ਉਸ ਤੋਂ ਬਾਅਦ ਕਾਓ ਇਚਿੰਗ ਬ੍ਰੱਸ਼ ਆ ਜਾਂਦਾ ਜੀ, ਆਪਣਾ ਜਦੋਂ ਕਾਓ ਨੂੰ ਕੋਈ ਖੁਰਕ ਵਗੈਰਾ ਹੁੰਦੀ ਆ ਜਾਂ ਉਹਨੇ ਆਪਣਾ ਇਹਦੇ ਨਾਲ ਆ ਕੇ ਟੱਚ ਕਰੂਗੀ ਸੈਂਸਰ ਨਾਲ, ਇਹ ਚੱਲ ਪਊਗਾ ਆਟੋਮੈਟਿਕਲੀ। ਉਸ ਤੋਂ ਬਾਅਦ ਭਾਅ ਜੀ ਆਪਣੀ ਫਿਕਸ ਵਾਲੀ ਮਸ਼ੀਨ ਆਉਂਦੀ ਹੈ ਜੀ,
ਇਹ ਮਿਲਕਿੰਗ ਮਸ਼ੀਨ ਆ ਗਈ ਜੀ ਇੱਕ ਢੋਲ ਨਾਲ ਜੀ। ਇੱਥੇ ਅਸੀਂ ਇਹ ਮਸ਼ੀਨ 'ਤੇ ਡਿਸਕਾਊਂਟ ਦੇ ਰਹੇ ਹਾਂ ਜੀ, ਜਿਹੜੀ 48,500 ਦੀ ਮਸ਼ੀਨ ਹੈ ਅਤੇ 45,000 ਦੀ ਅਸੀਂ ਡਿਸਕਾਊਂਟ ਕਰਕੇ ਮਸ਼ੀਨ ਸੇਲ ਕਰ ਰਹੇ ਹਾਂ ਜੀ। ਬਾਕੀ ਹੋਰ ਵੀ ਆਪਣੇ ਕਈ ਪ੍ਰੋਡਕਟ ਹੈ ਜੀ। ਅਤੇ ਅੱਜ ਆਖਰੀ ਦਿਨ ਆ ਜੀ PDFA ਮੇਲੇ ਦਾ, ਅਤੇ ਜਿਹੜੇ ਬੀਤੇ ਦਿਨ ਆ ਉਹ ਕਿੱਦਾਂ ਦੇ ਰਹੇ ਆ ਜੀ? ਇਸ ਵਾਰ ਲੋਕਾਂ ਦਾ ਰੁਝਾਨ ਬਹੁਤ ਵਧੀਆ ਸੀ ਜੀ, ਬਹੁਤ ਲੋਕ ਇੱਥੇ ਆ ਕੇ ਮਿਲਕਿੰਗ ਮਸ਼ੀਨਾਂ ਲੈ ਕੇ ਵੀ ਗਏ ਆ ਜੀ। ਇਸ ਵਾਰ ਪਹਿਲਾਂ ਨਾਲੋਂ ਬਹੁਤ ਕਾਫੀ ਚੇਂਜ ਹੈ ਜੀ। ਜਿਵੇਂ ਕਿ ਤੁਸੀਂ ਦੇਖਿਆ ਜੀ ਇੰਟਰਨੈਸ਼ਨਲ ਮੇਲਾ PDFA ਕਾਫੀ ਵੱਡਾ ਪੱਧਰ 'ਤੇ ਇਸ ਟਾਈਮ ਇੱਥੇ ਲੱਗਾ ਹੋਇਆ ਜੀ, ਅਤੇ ਅੱਜ ਆਖਰੀ ਦਿਨ ਆ ਅਤੇ ਰਿਸਪੋਂਸ ਵੀ ਜਿੱਦਾਂ ਕਿ ਪੁੱਛਿਆ ਗਿਆ ਅਤੇ ਕਾਫੀ ਵਧੀਆ ਰਿਹਾ ਜੀ। ਅਤੇ ਆਓ ਬਾਕੀ ਜਿਹੜੀਆਂ ਹੋਰ ਵੱਡੀਆਂ ਵੱਡੀਆਂ ਮਸ਼ੀਨਰੀ ਆ ਉਹਨਾਂ ਨਾਲ ਰੁੱਖ ਕਰੀਏ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਇੱਥੇ ਆਪਣੀ ਕੰਪਨੀ ਦੇ ਪ੍ਰੋਡਕਟ ਲੈ ਕੇ ਪਹੁੰਚੇ ਹਾਂ ਜੀ, ਥੋੜ੍ਹਾ ਜਿਹਾ ਉਹਦੇ ਬਾਰੇ ਡਿਟੇਲ ਦੱਸਿਓ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਾਲ ਸ਼ਰਮਾ ਅਪ੍ਰੈਂਟਿਸ ਬਾਇਰ ਦੇ ਵਿੱਚ ਹੈ, ਅਤੇ ਅੱਜ ਆਪਾਂ ਬਾਇਰ ਕੰਪਨੀ ਨੂੰ, ਵੈਸੇ ਮੈਂ ਬਾਇਰ ਬਾਰੇ ਦੱਸਾਂ, ਜਿਹੜੀ ਬਾਇਰ ਕੰਪਨੀ ਇੱਕ MNC ਬੇਸਡ ਕੰਪਨੀ ਆ, R&D ਬੇਸਡ ਕੰਪਨੀ ਆ, R&D ਮਤਲਬ ਰਿਸਰਚ ਐਂਡ ਡਿਵਲਪਮੈਂਟ ਬੇਸਡ। ਅਤੇ ਆਪਣਾ ਅੱਜ ਆਪਾਂ ਇੱਥੇ PDFA ਫੇਅਰ ਦੇ ਵਿੱਚ ਆਪਾਂ ਨੇ ਸਟੋਲ ਲਾਈਏ, ਇਹਦੇ ਵਿੱਚ ਆਪਾਂ ਮੇਨ ਜਿਹੜਾ ਕੰਮ ਦੱਸ ਰਹੇ ਨੇ ਉਹ ਹੈ ਆਪਣੀ ਜਿਹੜੇ ਮੱਕੀ ਦੇ ਵਿੱਚ ਆਪਣੇ ਸੀਡ ਆਉਂਦੇ ਆ 92.08 ਅਤੇ 91.08, ਆਪਾਂ ਉਹਦੇ ਬਾਰੇ ਆ, ਜਿਹਨੇ ਆਪਣਾ 91.08 ਸੀਡ ਹੈ ਇੱਕ ਨਵਾਂ ਆਇਆ ਉਹਦੇ ਵਿੱਚ ਹੀ 92.08। 92.08 ਆਪਣਾ ਆਉਂਦਾ ਸੀ 2010 ਦੀ ਵਰਾਇਟੀ, ਲਾਂਚਿੰਗ ਵਰਾਇਟੀ ਆ, ਪੁਰਾਣੀ ਵਰਾਇਟੀ ਹੋ ਗਈ ਸੀ, ਹੁਣ ਆਪਾਂ ਨੇ ਸੋਧ ਕਰਕੇ ਨਵੀਂ ਵਰਾਇਟੀ ਕੱਢੀ ਹੈ 92.08, ਜਿਹਨੂੰ ਆਪਾਂ ਪਕਾਵੇਂ ਦੇ ਵਿੱਚ ਵੀ ਰੱਖ ਸਕਦੇ ਹਾਂ ਜਾਂ ਆਪਾਂ ਸਾਇਲੇਜ ਦੇ ਵਿੱਚ ਵੀ ਜਾ ਸਕਦੇ ਹਾਂ। ਜੇ ਆਪਾਂ 92.08 ਸਾਇਲੇਜ ਦੇ ਵਿੱਚ ਲਾਉਂਦੇ ਹਾਂ ਉਹਦਾ ਝਾੜ ਹੈ ਜੀ ਸਾਇਲੇਜ ਦੇ ਵਿੱਚ 280 ਪਲੱਸ ਕੁਇੰਟਲ ਹੈ, ਅਤੇ ਆਪਾਂ ਜਿਵੇਂ ਗੱਲ ਕਰੀਏ ਸੀਡ ਦੇ ਵਿੱਚ ਜਾਂਦੇ ਹਾਂ ਤਾਂ ਉਹਦਾ 45 ਪਲੱਸ ਆਪਣਾ ਕੁਇੰਟਲ ਜਿਹੜਾ ਝਾੜ ਆਉਂਦਾ ਹੈ। ਅਤੇ ਇਹ ਸਭ ਅੱਜ ਆਪਾਂ ਇੱਥੇ ਕਰਿਆ। ਉਹ ਤੋਂ ਬਾਅਦ ਆਪਾਂ ਮੱਕੀ ਦੇ ਨਾਲ ਨਾਲ ਆਪਣਾ ਪੂਰਾ ਪੋਰਟਫੋਲੀਓ ਆਉਂਦਾ ਹੈ, ਜਿਵੇਂ ਆਪਣਾ ਗਾਂ ਨਦੀਨਾ ਵਾਸਤੇ ਆਉਂਦਾ ਹੈ, ਅਤੇ ਜਿਹੜੀ ਆਪਣੀ ਮੱਕੀ ਦੇ ਵਿੱਚ ਸਭ ਤੋਂ ਮੇਨ ਦਿੱਕਤ ਆਈ ਹੈ ਹੁਣ ਦੇ ਟਾਈਮ ਦੇ ਵਿੱਚ, ਦੇਖੀਏ ਲਾਸਟ 2-3 ਸਾਲਾਂ ਤੋਂ ਸੁੰਡੀ ਦੀ ਬਹੁਤ ਦਿੱਕਤ ਹੈ। ਆਪਾਂ ਸੁੰਡੀ ਦੇ ਵਿੱਚ ਵੀ ਕੰਮ ਕਰਕੇ ਬਾਇਰ ਦੀ ਇੱਕ ਨਵੀਂ ਵਾਈਗੋ ਦਵਾਈ ਆਈ ਆ, ਉਹ ਵੀ ਆਪਾਂ ਰਿਕਮੈਂਡ ਕਰ ਰਹੇ ਹਾਂ ਅਤੇ ਫਾਰਮਰ ਨੂੰ, ਅਤੇ ਤਰ੍ਹਾਂ ਤਰ੍ਹਾਂ ਦੇ ਆਪਾਂ ਪੂਰੇ ਪੋਰਟਫੋਲੀਓ ਜਿਹੜੇ ਬਾਇਰ ਦੇ ਆ ਉਹ ਸਾਰੇ ਅੱਜ ਆਪਾਂ ਦੱਸ ਰਹੇ ਨੇ ਇੱਥੇ, ਜਿੰਨੇ ਵੀ ਫਾਰਮਰ ਆਪਣੇ ਆ ਰਹੇ ਨੇ। ਕਿੱਦਾਂ ਦੇ ਬਾਕੀ ਦਿਨ ਜਿਹੜੇ 2 ਬੀਤੇ ਆ ਉਹ ਕਿੱਦਾਂ ਦੇ ਰਹੇ ਆ ਜੀ ਇੱਥੇ ਮਿਲ ਜੀ? ਬਹੁਤ ਦਿਨ ਮਤਲਬ ਬਹੁਤ ਵਧੀਆ ਆਪਾਂ ਕਹਿ ਸਕਦੇ ਹਾਂ ਇੱਕ ਤਰ੍ਹਾਂ ਦੇ। ਆਪਾਂ ਇੱਥੇ ਬਹੁਤ ਜਿਹੜੇ ਫਾਰਮਰ ਜਿਹੜੇ ਆ ਵੱਖ ਵੱਖ ਜਗ੍ਹਾ ਤੋਂ ਸਾਡੇ ਕੋਲ ਇੱਥੇ ਆਏ ਨੇ, ਬਹੁਤ ਬਹੁਤ ਫਾਰਮਰ ਆਪਣੇ ਕੋਲ ਮਿਲੇ ਆ, ਮਤਲਬ ਵੱਡੇ ਤੋਂ ਵੱਡੇ ਫਾਰਮਰ ਵਿੱਚ ਸਾਰੇ ਮਤਲਬ ਆਲ ਓਵਰ ਫਾਰਮਰ ਇੱਥੇ ਸੀਗੇ, ਅਤੇ ਬਹੁਤ ਵਧੀਆ ਚੰਗਾ ਰਿਹਾ ਆਪਣੇ ਪਿਛਲੇ 2 ਦਿਨ, ਅਤੇ ਆਪਣਾ 3ਜਾ ਦਿਨ ਵੀ ਅੱਜ ਆਪਾਂ ਬਹੁਤ ਵਧੀਆ ਨਿਕਲ ਰਿਹਾ। ਹਾਂਜੀ ਸਰ ਸਤਿ ਸ਼੍ਰੀ ਅਕਾਲ, ਮੈਂ ਦੇਖਿਆ ਕਾਫੀ ਤੁਸੀਂ ਪ੍ਰੋਡਕਟਸ ਲੈ ਕੇ ਆਏ ਕਿ ਜਿਹੜਾ ਛੋਟੇ ਤੋਂ ਵੱਡਾ ਜ਼ਿਮੀਂਦਾਰ ਵੀ ਵਰਤਦਾ ਜੀ ਆਪਣੇ ਖਿੱਤੇ ਦੇ ਵਿੱਚ, ਅਤੇ ਥੋੜ੍ਹੀ ਜਿਹੀ ਜਾਣਕਾਰੀ ਸਾਂਝੀ ਕਰ ਦਿਓ ਜੀ। ਸਰ ਸਾਡੇ ਕੋਲ ਜਿਹੜੇ ਪ੍ਰੋਡਕਟ ਹੈਗੇ ਆ, ਟੋਰਚ ਹੈਗੀ ਹੈ, ਪੰਜਾਬ ਪੁਲਿਸ ਦੇ ਨਾਮ ਦੇ ਟੋਰਚ ਹੈਗੀ ਹੈ, ਜਿਹਦੀ ਰੋਸ਼ਨੀ 1 ਕਿਲੋਮੀਟਰ ਰੇਂਜ ਹੈਗੀ ਹੈ, 8 ਘੰਟੇ ਦਾ ਬੈਕਅਪ ਹੈ, ਵਾਟਰ ਪਰੂਫ ਹੈ ਸਰ, ਮੈਟਲ ਬੋਡੀ ਹੈ ਜੀ ਅੱਛੀ, ਇਹਦੀ ਇਸ ਸਾਈਡ 'ਤੇ ਲਾਈਟ ਹੈਗੀ ਹੈ 1 ਕਿਲੋਮੀਟਰ ਰੇਂਜ ਦੀ ਕਰੀਬ ਜੀ, ਅਤੇ ਇਹਦੇ 'ਚੋਂ ਬੈਕ ਸਾਈਡ ਤੋਂ ਚਾਰਜਿੰਗ ਸਿਸਟਮ ਆ, 8 ਘੰਟੇ ਦਾ ਬੈਕਅਪ ਹੈ, 1 ਕਿਲੋਮੀਟਰ ਲਾਈਟ ਹੈ ਜੀ, ਇੱਕ ਇਹ ਫੰਕਸ਼ਨ ਹੋ ਗਿਆ ਜੀ ਇਹਦੇ 'ਚ। ਦੂਸਰੀ ਸਾਡੇ ਕੋਲ ਇਹ ਹੈਗੀ ਹੈ ਪੰਜਾਬ ਕੋਟ, ਸਾਡੀ ਐਪੀ ਵੀ ਆਪਣੀ ਮੈਨੂਫੈਕਚਰਿੰਗ ਹੈਗੀ ਹੈ ਸਾਡੀ ਜੀ, ਇਹ ਸੋਲਰ ਲਾਈਟ ਹੈ, ਪਿੱਛੇ ਇਹਦੇ ਬੈਕ ਸਾਈਡ ਪੈਨਲ ਲੱਗਿਆ ਹੋਇਆ, ਅਤੇ ਇਹ ਫਰੰਟ ਲਾਈਟ ਹੈਗੀ PO4, ਇਹਦੇ ਅੰਦਰ ਬੈਟਰੀ ਹੈਗੀ ਜਿਹੜੀ ਦੀ ਲਾਈਫ 5 ਸਾਲ ਹੈਗੀ ਹੈ, 5 ਸਾਲਾਂ ਬਾਅਦ ਤੁਸੀਂ ਬੈਟਰੀ ਚੇਂਜ ਕਰਵਾ ਸਕਦੇ ਹੋ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਸਰ। ਇਹ 2500 ਦਾ ਇਹਦਾ ਪ੍ਰਾਈਜ਼ ਹੈ ਇੱਥੇ, ਅਤੇ 500 ਰੁਪਏ ਦਾ ਫੀਸ ਪੈਸਾ ਇੱਥੇ ਡਿਸਕਾਊਂਟ ਦਿੱਤਾ ਹੋਇਆ, 2000 ਦੀ ਪੈਂਦੀ ਹੈ ਜੀ। ਹਾਂਜੀ ਇਹ ਸਰ 1650 ਰੁਪਏ ਦੀ ਪੈਂਦੀ ਹੈ, ਇੱਥੇ ਡਿਸਕਾਊਂਟ ਕਰਕੇ 1500 ਦੀ ਪੈਂਦੀ ਹੈ ਜੀ। ਹੋਰ ਕੀ ਸਪੈਸ਼ਲ ਲੈ ਕੇ ਆਏ ਜੀ ਤੁਸੀਂ? ਹੋਰ ਸਰ ਇੱਕ ਸਾਡੇ ਕੋਲ ਇਹ ਲਾਈਟ ਹੈਗੀ ਹੈ ਲੈਂਪ ਟੈਪ, ਇਹ ਵੀ ਸੋਲਰ ਲਾਈਟ ਹੈਗੀ ਹੈ ਜੀ, ਇਹਦੇ ਪਿੱਛੇ ਪੈਨਲ ਲੱਗਿਆ ਹੋਇਆ ਜੀ, ਇਹ PO4 ਬੱਲਬ ਆ ਜੀ ਇਹਦੇ 'ਚ, ਇਹ ਵੀ ਚੱਲਦੀ ਹੈ ਜੀ, ਬਹੁਤ ਵਧੀਆ ਚੀਜ਼ ਹੈ, ਇਹ ਚੀਜ਼ ਲਾਈਟ ਚੱਲ ਗਈ ਇਸ ਚੀਜ਼ ਦੀ, ਇਹ 350 ਰੁਪਏ ਦੀ ਹੈਗੀ ਸਰ, ਇਹ ਵੀ ਲਾਈਟ ਹੈਗੀ ਆ। ਬਾਕੀ ਸਾਡੀ ਇਹ ਮੈਟਲ ਟੋਰਚ ਹੈਗੀ ਹੈ, ਇਹਦੀ ਰੇਂਜ 1 ਕਿਲੇ ਤੱਕ ਲੰਬੀ ਲਾਈਟ ਹੈ, 1 ਕਿਲੇ ਤੱਕ ਜੀ। ਹਾਂਜੀ ਇਹ ਜੂਮ ਸਿਸਟਮ ਹੈ, ਲੈਂਸ ਸਿਸਟਮ ਲੱਗਿਆ ਹੋਇਆ ਜੀ, ਇਹ ਵੀ ਸਿਸਟਮ ਹੈ ਜੀ, ਇਸ ਤਰ੍ਹਾਂ ਜੂਮ ਕਰ ਸਕਦੇ ਆਪਾਂ। ਤੁਸੀਂ ਦੇਖਿਆ 17ਵੇਂ PDFA ਐਕਸਪੋ 2024 ਦੇ ਮੇਲੇ ਉੱਤੇ ਕਾਫੀ ਕਿਸਾਨ ਵੀਰਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ, ਨਾਲ ਦੀ ਨਾਲ
ਵੱਖਰੀ ਵੱਖਰੀ ਪ੍ਰਦਰਸ਼ਨੀਆਂ ਲਾ ਕੇ ਇਸ ਚੀਜ਼ ਨੂੰ ਹੋਰ ਉਭਾਰਿਆ ਅਤੇ ਨਾਲ ਦੀ ਨਾਲ ਕਾਫੀ ਕਿਸਾਨ ਅਤੇ ਹੋਰ ਲੋਕਾਂ ਦੇ ਵਿੱਚ ਇੱਥੇ ਵੱਖਰੀ ਵੱਖਰੀ ਆਪਣੀ ਪ੍ਰਦਰਸ਼ਨੀਆਂ ਲਾ ਕੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਜੀ। ਗੁਰਕਿਰਨ ਪ੍ਰਤਾਪ ਸਿੰਘ, ਕੈਮਰਾਮੈਨ ਜਸਵੀਰ ਸਿੰਘ ਦੇ ਨਾਲ, GBC ਅਪਡੇਟ। An excellent coaching point in IELTS and spoken English. Also expert in study and visitor visa. Government approved. SS Group, Session Chowk, Hoshiarpur.